ਜਿਹੜਾ ਰਿਵਿਊ ਕਰਨਾ ਵਾ ਤੇ ਆਫ ਰੋਡਿੰਗ ਕਰਦੇ ਜਾਂ ਜਸ ਕਿੰਨੀ ਵੀ ਟਾਈਮ ਹੈ ਨਹੀਂ ਆ ਗਿਆ ਪੀਜਾ ਛਾ ਗਿਆ ਪੀਜਾ ਵੇਲੋ ਸਾਰੇ ਦਾ ਮੈਚ ਲਾ ਗਿਆ ਹੈ ਵੇਲਾ ਬੈਠਾ ਅੱਛਾ ਮੈਂ ਇੱਕ ਬੋਰਡ ਨਹੀਂ ਵੇਖਿਆ ਪਿੱਛੇ ਕਿਹੜਾ ਬੋਰਡ ਆ ਵਾਲਾ ਵੇਖ ਭਰਾ ਅੱਛਾ ਅੱਛਾ ਇਹ ਬੋਰਡ ਦੀ ਗੱਲ ਕਰਨੇ ਆ ਵਾਕੇ ਲਿਖਿਆ ਤਾਂ ਹੈਗਾ ਪੀਜਾ ਵੇਖੀ ਹਣ 100 ਮੀਟਰ ਦੀ ਦੂਰੀ ਤੇ ਬੋਰਡ ਲੱਗਦੇ ਕਾਫੀ ਅੱਛਾ ਲੱਗੇ ਸੱਚੀ ਲੱਗੇ ਆ ਸਾਰੇ ਲੱਗੇ ਦੇਖੀ ਜਾ ਤੋਂ ਤੂੰ ਪੀਜਾ ਖਾਏਗਾ ਔਰ ਪੀਜਾ ਖਾਏਗੇ ਹਨਾ ਹਾਂਜੀ ਸਤਿ ਸ੍ਰੀ ਅਕਾਲ ਗਾਇਸ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਪੀਜਾ ਵਲੌਗ 'ਚ ਪੀਜਾ ਦੇ ਰਿਵਿਊ 'ਚ ਇਹ ਵੇਖਣਾ ਯਾਰ ਸੱਚੀ ਹੈ ਗੱਲ ਕਿ ਨਹੀਂ ਵੇਨੇ ਆ ਕੀ ਸਾਬ ਹੈ ਕਹਿ ਤਾਂ ਕਿ ਨਹੀਂ ਖਾਸ ਨਹੀਂ ਪੀਜਾ ਖਵਾ ਸੀ ਸਰਵਿਸ ਨਹੀਂ ਸਹੀ ਸਰਵਿਸ ਚੱਲੀਏ ਫਿਰ ਰਿਜ਼ੋਰਟ 'ਚ ਚਲੋ ਚੱਲੀਏ ਚੱਲੀਏ ਫਿਰ ਰਿਜ਼ੋਰਟ 'ਚ ਚਲੋ ਚੱਲੀਏ ਤੇ ਪੀਨੇ ਪੀਜਾ ਸੱਚੀ ਅਵਾਰਡ ਅਵਾਰਡ ਦੇਣ ਵਾਲਾ ਕਿ ਖੋਣ ਵਾਲਾ ਵਾ ਚੱਲਦੇ ਆ ਛੋਟਾ ਜਿਹਾ ਵੀਡੀਓ ਹੋਊਗੀ ਸਿਰਫ ਰਿਵਿਊ ਵਾਲਾ ਫੂਡ ਵਲੌਗਰ ਮੁੰਡੇ ਅੱਜ ਬਣੇ ਆ ਵਲੌਗ ਬਣਾਉਣੇ ਕਿਹੜੇ ਸੌਖੇ ਆ ਹੁਣ ਪੀਜਾ ਉਹ ਕਰਨਾ ਵਾ ਪੀਜੇ ਦਾ ਰਿਵਿਊ ਕਰਨਾ ਵਾ ਤੇ ਆਫ ਰੋਡਿੰਗ ਕਰਦੇ ਜਾਂਦੇ ਆ ਵੈਸੇ ਆਪਾਂ ਹੁਣ ਹੋਟਲ ਚੱਲ ਜਾਣਾ ਹਨਾ ਪਰ ਨਹੀਂ ਤੁਹਾਡੇ ਵਾਸਤੇ ਆਪਾਂ ਕੁਝ ਵੀ ਕਰਨ ਨੂੰ ਤਿਆਰ ਹਾਂ ਬਸ ਤੁਸੀਂ ਆਪਣਾ ਪਿਆਰ ਦਿਓ ਜੇ ਤਾਂ ਸਕੂਲੀ ਵੀ ਟਾਈਮ ਹੈ ਨਿਕਲ ਜੂ ਸਾਨੂੰ ਇਹ ਡਰ ਹੈ ਕਿਤੇ ਤਾਂ ਰਿੰਗ ਪਿਸਟਲ ਨਾ ਪੈਣ ਵਾਲਾ ਹੋ ਜੀ ਐਵ ਡਰ ਰਾਤ ਜ਼ਿਆਦਾ ਵੀ ਸਰਵਿਸ ਕਰਾ ਕੇ ਦੇਣੀ ਪੈਣੀ ਅਤੇ ਚਲੋ ਵੀਡੀਓ ਨੂੰ ਬਣੇ ਰਹੋ ਜ਼ਰੂਰ ਐਂਡ ਤੱਕ ਦੇਖਿਓ ਆਉਣਗੇ ਤੇ ਵੀਜੀ ਸੀ ਗ੍ਰੀਨ ਆ ਜੇ ਯਾਰ ਆਂਦੇ ਸਭ ਤੋਂ ਤੈਨੂੰ ਲੱਗਦਾ ਵੋਟ ਮਿਲਿਆ ਹੋਊਗਾ ਯਾਰ ਕੀ ਪਤਾ ਚੀਜ਼ ਮਸੂਰੀ ਦਾ ਆਂਦੇ ਹਨਾ ਆਹ ਬੈਸਟ ਹੈ ਪੀਜ਼ਾ ਮਸੂਰੀ ਦਾ ਉਤਰਾਖੰਡ ਦਾ ਨਹੀਂ ਮਸੂਰੀ ਦਾ ਹੀ ਆਖਿਆ ਚਲੀਏ ਚਲ ਯਾਰ ਵੇਨੇ ਟਰਾਈ ਕਰਦੇ ਆ ਕੁਛ ਨਹੀਂ ਹੁੰਦਾ ਸਾ ਬਣਾ ਲਾ ਮੈਨਿਊ ਤੇ ਹੈਂਡ ਰਿਟਨ ਆ ਹੈ ਬਈ ਮੈਂ ਮੈਨਿਊ ਹੈਂਡ ਰਿਟਨ ਆ ਹੈਂਡ ਰਿਟਨ ਬਣਾਇਆ ਕੈਫੇ ਦਾ ਵਿਊ ਵੇਖ ਸ਼ੂਰ ਹੋ ਨਾ ਸਭ ਕੁਝ ਹੈਗਾ ਅੰਦਰ ਕੈਰਮ ਬੋਰਡ ਵੀ ਹੈਗਾ ਕੈਰਮ ਬੋਰਡ ਵਿਊ ਹੈ ਸਾਰੇ ਪਾਸੇ ਨਾ ਆ ਗਿਆ ਪੀਜ਼ਾ ਛਾ ਗਿਆ ਪੀਜ਼ਾ ਕਿਹੜਾ ਬੈਸਟ ਬੈਸਟ ਮੰਗਾਇਆ ਜਣ ਵੇਖੋ ਯਾਰ ਚਲੋ ਖਾ ਕੇ ਦੱਸਦੇ ਯਾਰ ਅਵਤਾਰ ਸਿੰਘ ਨੇ ਬੋਰਡ ਵੇਖਿਆ ਅਵਤਾਰ ਸਿੰਘ ਦੀ ਚੁਆਇਸ ਆ ਆ ਮੈਂ ਯਾਰ ਤੈਨੂੰ ਪੁੱਛਿਆ ਪੁੱਛਿਆ ਹੁਣ ਆਪਣੀ ਵਾਰੀ ਪੁੱਛੇ ਤੇ ਆ ਗਿਆ ਹੈ ਪੀਜ਼ਾ ਖਾਈ ਜਾਣਾ ਜਿੱਦਣ ਦਾ ਆਏ ਉਦੋਂ ਕੀ ਖਾਦਾ ਕਿੱਥੇ ਪੀਜ਼ਾ ਖਾਦਾ ਲਾ ਕੱਲ੍ਹ ਹੀ ਪੀਜ਼ਾ ਖਾਦਾ ਉਹ ਨਹੀਂ ਵੇਖਿਆ ਖਾਓ ਸ਼ੁਰੂ ਕਰੋ ਤੇ ਚੱਲੀਏ ਯਾਰ ਟੋਰਿਆ ਭਰਾ ਪੀਜ਼ਾ ਖਾਣ ਡਿਆ ਮੁੰਡਾ ਘਰਦਿਆਂ ਨੇ ਕਹਿਣਾ ਤੁਸੀਂ ਪੀਜ਼ਾ ਹੀ ਖਾਣ ਜਾਣ ਡੇ ਇੱਥੇ ਵੀ ਤੁਹਾਨੂੰ ਬੁੱਧਵਾਰ ਦੇ ਬੁੱਧਵਾਰ ਪੀਜ਼ਾ ਲੱਭਦਾ ਤੇ ਉੱਥੇ ਵੀ ਸਗੋਂ ਆਪਾਂ ਉੱਥੇ ਪੀਜ਼ਾ ਖਾਂਦੇ ਨਹੀਂ ਹਨਾ ਫਤਿਹਗੜ੍ਹ ਕੋਈ ਗੱਲਬਾਤ ਹੋਣੀ ਹਾਂ ਪੀਜ਼ਾ ਹੋ ਗਿਆ ਖਤਮ ਆਖਰੀ ਪੀਜ਼ਾ ਰਹਿ ਗਿਆ ਬਹੁਤ ਵਧੀਆ ਘੈਂਟ ਆ ਬੋਰਡ ਐਵੇਂ ਤਾਂ ਨਹੀਂ ਭਰਾਵਾ ਲਾਏ ਤੁਹਾਡੇ ਸਾਹਮਣੇ ਖਾ ਕੇ ਵਿਖਾਈਏ ਪੀਜ਼ਾ ਕਿੱਦਾਂ ਖਾਂਦੇ ਆਪਾਂ ਇਹ ਕਿੱਦਾਂ ਹੁੰਦਾ ਜਲੂਸ ਨਹੀਂ ਭਰਿਆ ਆ ਜਾਂਦੇ ਨਾ 400 ਸੌਸ ਦਿੱਤੀ ਉਹ ਬਹੁਤ ਵਧੀਆ 300 ਸੌਸ ਦਿੱਤੀਆਂ ਨੇ ਭਰਾਵਾ ਸਾਡੇ ਤੋਂ ਤਾਂ ਇੱਕ ਹੀ ਦਿੰਦੇ ਮਹਾਂ 400 ਸੌਸ ਦਿੱਤੀ ਉਹਨਾਂ ਨੇ ਇੱਕ ਉਹ 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 ਬਹੁਤ ਬਹੁਤ ਹੀ ਵੇਖੋ ਤੁਸੀਂ 400 ਸੌਸ ਨਾਲ ਤਾਂ ਬਹੁਤ ਹੀ ਐਂਡ ਚੀਜ਼ ਆ ਜਾਈ ਨਾ ਹਨਾ ਇੱਥੇ ਚੀਜ਼ਾਂ ਬਹੁਤ ਸਵਾਦ ਆ ਕੱਲ੍ਹ ਮੋਮੋਸ ਖਾਧੇ ਉਹ ਵੀ ਬਹੁਤ ਵਧੀਆ ਵਧੀਆ ਫੂਡ ਨੋਨ ਵੈਜ ਲਵਰ ਲਿਸਟ ਤੇ ਬਹੁਤ ਹੀ ਘੈਂਟ ਚੀਜ਼ ਹੈ ਨਾ ਸਲੋ ਮੋਸ਼ਨ ਹੀ ਆਰਾਮ ਆਰਾਮ ਬਾਈ ਉਹ ਵੀ ਉਹ ਉਹ ਵੀਰ ਨੂੰ ਸਾਰੇ ਜਾਣਦੇ ਨੇ ਨਾ ਕੀ ਨਾਂ ਅੰਕਿਤ ਭਵਾਨੀ ਇੱਦਾਂ ਅਨਕਿਤ ਨਾਂ ਅੱਗੇ ਦਾ ਸਾਨੂੰ ਨਹੀਂ ਚਲੋ ਪਤਾ ਕਰੈਕਸ਼ਨ ਕਰ ਲਿਓ ਆਪ ਹੀ ਖੁਦ ਹੀ ਪੀਜ਼ਾ ਕਿੱਦਾਂ ਦਾ ਰਹਿਣਾ ਘੈਂਟ ਹੀ ਯਾਰ ਸਿਰਫ ਪੀਜੀ ਦੇ ਪੀਜ਼ੇ ਸਿਰਫ 4-5 ਹੀ ਉਹਨਾਂ ਕੋਲ ਜ਼ਿਆਦਾ ਉਹਨਾਂ ਕੋਲ ਵਰਾਇਟੀ ਨਹੀਂ ਹੈ ਪਰ ਵਧੀਆ
ਤੇ ਜਿਹੜੇ ਨੌਨ ਵੈਜ ਖਾਣਾ ਚਾਹੁੰਦੇ ਆ ਜਿਹੜੇ ਬਹੁਤ ਜਦੋਂ ਵੀ ਤੁਸੀਂ ਜਾਓਗੇ ਨਾ ਕੰਪਨੀ ਗਾਰਡਨ ਵਾਲੀ ਸਾਈਡ ਜੋਰਜ ਐਵਰੈਸਟ ਅਤੇ ਕਲਾਊਡ ਐਂਡ ਉੱਥੇ ਬੋਰਡ ਲੱਗੇ ਹੋਣੇ ਉਹਨਾਂ ਦੇ ਜ਼ਰੂਰ ਟਰਾਈ ਕਰ ਲਿਓ ਹੋ ਸਕਦਾ ਤੁਹਾਨੂੰ ਨਾ ਵੀ ਲੱਗੇ ਪਰ ਸਾਨੂੰ ਵਧੀਆ ਲੱਗਾ ਅਤੇ ਵਧੀਆ ਲੱਗਾ ਤੁਹਾਨੂੰ ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਚੈਨਲ ਨੂੰ ਦੱਬ ਦਿਓ ਅਤੇ ਅਗਲੀ ਵੀਡੀਓ ਦੇ ਤੁਹਾਨੂੰ ਮਿਲਾਂਗੇ ਉਦੋਂ ਤੱਕ ਤੁਸੀਂ ਵੇਖੋ ਪੁਰਾਣੇ ਵਲੋਗ ਜੇ ਨਹੀਂ ਵੇਖੇ ਤਾਂ ਜਿਨ੍ਹਾਂ ਨੇ ਵੇਖ ਲਿਆ ਉਹ ਅਗਲੀਆਂ ਵਲੋਗਾਂ ਦੀ ਵੇਟ ਕਰ ਲਿਓ ਬਾਏ।